ਇਹੋ ਜਿਹਾ ਕਾਰੋਬਾਰ ਕਰੋ ਕਦੀ ਕਿਸੇ ਦਾ ਦੇਣਾ ਨਾ ਰਹਿ ਜੇ। ਆਖੋ ਸਾਹਿਬ ਸ੍ਰੀ ਵਾਹ, ਦੇਣਾ ਨਾ ਭੁੱਲ ਜੇ। ਗੁਰੂ ਨਾਨਕ ਉਹਦੇ 'ਤੇ ਖੁਸ਼ ਹੈ, ਉਹਦੇ 'ਤੇ ਪ੍ਰਸੰਨ ਹੈ। ਇੱਕ ਵਾਰੀ ਨਾ ਜੀ ਦਿਵਾਲੀ ਲੰਘੀ ਸੀ, 7-8 ਸਾਲ ਦੀ ਗੱਲ, ਅਸੀਂ ਟ੍ਰੇਨ 'ਚ ਜਾ ਰਹੇ ਕੀਰਤਨ ਕਰਨ। ਅੱਜ ਉਹ ਮੁੰਡਾ ਨਹੀਂ ਆਇਆ, ਉਹਦਾ ਕਰੋਕਰੀ ਦਾ ਕੰਮ ਹੈ, ਕਿਰਤੀ ਸਿੰਘ। ਅਤੇ ਮੈਨੂੰ ਟ੍ਰੇਨ 'ਚ ਕਹਿੰਦਾ, ਦਿਵਾਲੀ ਨੂੰ ਰਸ਼ ਬੜਾ ਸੀ, 4-5 ਦਿਨ ਹੋਏ ਸੀ ਦਿਵਾਲੀ ਲੰਘੀ ਨੂੰ, ਕਹਿੰਦਾ ਦਿਵਾਲੀ ਨੂੰ ਹੱਟੀ 'ਤੇ ਰਸ਼ ਬੜਾ ਸੀ ਅਤੇ 30-40 ਰੁਕੇ ਨੇ ਦੁਕਾਨਦਾਰਾਂ ਦੇ, ਰੁਕੇ ਪੈਂਦਾ ਸੰਭਾਲੀ ਜਾਂਦਾ ਦੁਕਾਨਦਾਰ, ਕਹਿੰਦਾ 30-40 ਰੁਕੇ ਨੇ, ਮੈਂ ਉਤਲੀ ਸੀਟ 'ਤੇ ਚੱਲ ਜਾਂ ਟ੍ਰੇਨ ਦੀ, ਰੁਕੇ ਸੋਧ ਲਾਂ। ਮੈਂ ਕਿਹਾ ਚੱਲ ਸੋਧ ਲੈ। ਉਹ ਉਤਲੀ ਸੀਟ 'ਤੇ ਚਲਾ ਗਿਆ ਜੀ, ਅਤੇ ਰੁਕੇ ਸੋਧਣ ਲੱਗ ਪਿਆ ਵੀ ਕੰਮ ਮੇਰਾ ਨਿਬੜ ਜਾਵੇ, ਦਿਵਾਲੀ ਨੂੰ ਨਹੀਂ ਸੋਧੇ ਗਏ ਜਿਹੜਾ ਮਾਲ ਬਾਜ਼ਾਰੋਂ ਲੈਂਦੇ। ਅਤੇ 10 ਕੁ ਮਿੰਟ ਬਾਅਦ ਨਾ ਉੱਤੋਂ ਆਵਾਜ਼ ਆਈ, ਆਵਾਜ਼ ਕੀ ਆਈ, ਉੱਤੋਂ ਆਵਾਜ਼ ਆਈ ਖੱਟਿਆ, ਸੁਣਿਓ, ਉੱਤੋਂ ਬੋਲਿਆ ਖੱਟਿਆ। ਮੈਂ ਜੇ ਥੱਲੋਂ ਵੇਖ ਕੇ, ਮੈਂ ਕਿਹਾ ਕੀ ਖੱਟਿਆ, ਕਹਿੰਦਾ ਇੱਕ ਦੁਕਾਨਦਾਰ ਕੋਲ ਜੋੜ ਵਿੱਚ 2000 ਵੱਧ ਲੱਗ ਗਿਆ। ਸੁਣਿਓ ਗੱਲ, ਦੁਕਾਨਦਾਰ ਨੇ ਰੁੱਕਾ ਬਣਾਇਆ ਅਤੇ 2000 ਵੱਧ ਲੱਗ ਗਿਆ, ਪੇਮੈਂਟ ਜਾ ਚੁੱਕੀ ਹੈ, ਇਹ ਮੈਂ ਉਹਨੂੰ ਉਹਦਾ ਰੁੱਕਾ ਦਿਖਾ ਕੇ ਨਾ 2000 ਵਾਪਸ ਲਾਂਗਾ। ਚਲੋ ਸੌਦਾ ਰਿਹਾ, ਰੁਕੇ ਅੱਧੇ ਘੰਟੇ ਬਾਅਦ ਥੱਲੇ ਆਇਆ ਅਤੇ ਮੈਂ ਹਾਸੇ ਨਾਲ ਗਿਆ, ਮੈਂ ਕਿਹਾ ਜੇ ਕਿਸੇ ਸਟੇਸ਼ਨ 'ਤੇ ਕੁਝ ਛਕਿਆ ਨਾ ਬਿੱਲ ਤੂੰ ਦੇਣਾ। ਆਖੋ ਸਾਹਿਬ, ਮੈਨੂੰ ਕਹਿੰਦਾ ਉਹ ਕਿਉਂ, ਮੈਂ ਕਿਹਾ ਤੂੰ 2000 ਖੱਟਿਆ, ਬਿੱਲ ਤੂੰ ਦੇਣਾ। ਅਤੇ ਮੈਨੂੰ ਇੰਝ ਸਿਰ ਲਾ ਕੇ ਕਹਿੰਦਾ, 2000 ਨਹੀਂ ਖੱਟਿਆ, 1000 ਖੱਟਿਆ। ਮੈਂ ਕਿਹਾ ਹੁਣੇ ਆਵਾਜ਼ 2000 ਦੀ ਆਈ ਸੀ, ਸੁਣਿਓ ਯਾਰ, ਮੈਂ ਕਿਹਾ ਹੁਣੇ ਆਵਾਜ਼ 2000 ਦੀ ਆਈ ਸੀ, ਹੁਣ ਤੂੰ ਕਹਿੰਦਾ 1000। ਉਹਨੇ ਜਿਹੜੀ ਗੱਲ ਕਹੀ ਨਾ, ਮੈਨੂੰ ਠੰਡ ਪੈ ਗਈ। ਮੈਂ ਕਿਹਾ ਤੂੰ 2000 ਦੀ ਆਵਾਜ਼ ਆਈ, ਹੁਣ 1000 ਤਾਂ ਪਤਾ ਕੀ ਕਹਿੰਦਾ, ਕਹਿੰਦਾ ਇੱਕ ਦੁਕਾਨਦਾਰ ਕੋਲ ਜੋੜ ਵਿੱਚ 1000 ਰੁਪਈਆ ਘੱਟ ਲੱਗ ਗਿਆ, ਘੱਟ, ਉਹ ਮੈਂ ਜਾ ਕੇ ਦੇਣਾ ਵੀ ਹੈ, ਇੱਕ ਜਗਾਰਾ ਬੁਲਾ ਦਿਓ ਪਿਆਰ। ਆਹ ਦੁਕਾਨਦਾਰ, ਆਹ ਤੇਰਾ ਤੇਰਾ, ਮੇਰੀ ਗੱਲ ਸਮਝ, ਨਹੀਂ ਤੇ ਕਿਸੇ ਦੇ ਜੋੜ 'ਚ ਰੁਕੇ 'ਚ ਵੱਧ ਲੱਗ ਜਾਣ, ਉਹ ਬੰਦਾ ਕਹਿੰਦਾ ਮੰਗਣੇ ਜਾ ਕੇ। ਅਤੇ ਜੇ ਕਿਸੇ ਦੇ ਕੋਲ ਮਾਲ ਲਿਆ, ਹੁਣ ਕੱਚਾ ਰੁਕਾ, ਉਹਦੇ 'ਚ 1000 ਘੱਟ ਲੱਗਾ, ਬੰਦਾ ਕਹਿੰਦਾ ਭੁੱਲਣ ਦਿਓ। ਆਖੋ ਸਤਨਾਮ, ਵੀ ਆਪਾਂ ਨੂੰ ਕੀ ਲੋੜ ਆਪ ਦੱਸਣ ਦੀ, ਕਹਿੰਦਾ ਮੈਂ 1000 ਰੁਪਇਆ ਵਾਪਸ ਦੇਣਾ। ਅਤੇ ਸੁਣਿਓ ਗੱਲ, ਦਾਸ ਨੇ ਇੰਨਾ ਹੀ ਪੁੱਛਿਆ, ਮੈਂ ਕਿਹਾ ਦੁਕਾਨਦਾਰ ਸਿੱਖ ਹੈ ਕਿ ਕੋਈ ਹੋਰ ਹੈ? ਕਹਿਣ ਲੱਗਾ ਨਹੀਂ, ਹਿੰਦੂ ਵੀਰ ਹੈ, ਜਿਹਦੇ ਕੋਈ 1000 ਰੁਪਇਆ ਘੱਟ ਲੱਗਾ ਨਾ ਉਹ ਹਿੰਦੂ ਵੀਰ ਹੈ। ਫਿਰ ਮੈਂ ਇੱਕ ਪਿਆਰ ਨਾਲ ਗੱਲ ਕਹੀ, ਸੁਣਿਓ, ਤੁਹਾਨੂੰ ਚੰਗੀ ਲੱਗੇ ਜਕਾਰਾ ਬੁਲਾਇਓ ਸੁਣਨ ਤੋਂ ਬਾਅਦ। ਮੈਂ ਕਿਹਾ ਫਿਰ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਕਿ ਜਦੋਂ ਤੂੰ ਉਸ ਹਿੰਦੂ ਵੀਰ ਨੂੰ 1000 ਰੁਪਈਆ ਵਾਪਸ ਦੇਗਾ ਨਾ, ਜਾ ਕੇ 100-100 ਦੇ 10 ਨੋਟ ਵੀ ਇਹ ਲੈ ਲੈ, 1000 ਰੁਪਈਆ ਤੇਰੇ ਕੋਲੋਂ ਜੋੜ 'ਚ ਘੱਟ ਲੱਗਾ, ਮੈਂ ਕਿਹਾ ਉਹ ਹਿੰਦੂ ਵੀਰ ਦਾ ਸਿਰ ਤੇਰੇ ਵੱਲ ਬਾਅਦ 'ਚ ਝੁਕੇਗਾ, ਕਲਗੀਆਂ ਵਾਲੇ ਵੱਲ ਪਹਿਲੇ ਝੁਕੇਗਾ। ਪੱਗ ਵਾਲੇ ਇਹੋ ਜਿਹੇ ਹੁੰਦੇ ਨੇ, ਇਹੋ ਜਿਹੇ ਹੁੰਦੇ ਦਸਤਾਰ। ਗੁਰੂ ਦੀ ਵਡਿਆਈ ਸਿੱਖ ਚੋ ਬੋਲੇ, ਸਿੱਖ ਚੋ, ਇਹ ਰਾਜੇ ਆਹ ਤੇਰਾ ਤੇਰਾ। ਤੇ ਤੁਸੀਂ ਸਾਰੀਆਂ ਬੀਬੀਆਂ ਕਿਤੇ ਸਿਰ ਨਾ ਸੁੱਟ ਦੇਣਾ, ਕਾਰੋਬਾਰ ਤੇ ਭਾਈ ਕਰਦੇ ਆ। ਆਖੋ ਸਾਧਨ, ਆਪਾਂ ਥੋੜੀਆਂ, ਆਪਾਂ ਤੇ ਹਾਊਸ ਵਾਈਫ ਹਾਂ, ਆਪਾਂ ਨੂੰ ਥੋੜੀ ਕੋਈ ਕਿਰਤ ਨਾ, ਨਹੀਂ, ਇਹ ਮੇਰੇ ਨਾਲ ਅੰਮ੍ਰਿਤਸਰ ਬੀਤੀ ਹੈ। ਅਸੀਂ ਖੜੇ ਸਾਂ ਤੇ ਦੋ ਭੈਣਾਂ ਆਪਾਂ 'ਚ ਗੱਲ ਕਰ ਰਹੀਆਂ, ਕਹਿੰਦੀ ਭੈਣ ਅੱਜ ਦਿਨ ਬੜਾ ਵਧੀਆ ਚੜਿਆ। ਉਹ ਕਹਿੰਦੀ ਅੱਛਾ, ਉਹ ਕਿਵੇਂ? ਕਹਿੰਦੀ ਅੱਜ ਮੈਂ 6-7 ਸਬਜ਼ੀਆਂ ਲਿਆਈਆਂ, ਇਹ ਸਾਡੇ ਅੰਮ੍ਰਿਤਸਰ ਨਾ ਮੰਡੀ ਲੱਗਦੀ ਸਬਜ਼ੀਆਂ ਦੀ, ਕਿੱਤਿਆਂ 'ਚ, ਬਾਬਾ ਦੀਪ ਸਿੰਘ ਸਾਹ ਦੇ ਕੋਲ ਹੈ, ਉਹਨੂੰ ਕਿੱਤੇ ਕਹਿੰਦੇ, ਕਿੱਤੇ ਨੰਬਰ 1, ਕਿੱਤੇ ਨੰਬਰ 2, ਕਿੱਤੇ ਨੰਬਰ 3। ਕਹਿੰਦੀ ਮੈਂ ਕਿੱਤਿਆਂ 'ਚੋਂ ਸਬਜ਼ੀਆਂ ਲਿਆਈਆਂ 6, ਅਤੇ ਅੱਜ ਦਿਨ ਬੜਾ ਵਧੀਆ ਚੜਿਆ, ਰਸ਼ ਬੜਾ ਸੀ ਭਾਈ ਕੋਲ, ਇੱਕ ਸਬਜ਼ੀ ਦੇ ਪੈਸੇ ਲਾਉਣੇ ਭੁੱਲ ਗਿਆ। ਹੁਣ ਨੋਟ ਕਰਿਓ, ਜਦ ਤੱਕ ਰੱਜ ਨਹੀਂ, ਇੱਕ 25-25 ਰੁਪਈਏ ਕੋਈ ਸਬਜ਼ੀ ਦੇ ਲਾਣੇ ਭੁੱਲ ਗਿਆ, ਅਸੀਂ ਕਹਿੰਦੇ ਹਾਂ ਦਿਨ ਚੰਗਾ ਚੜਿਆ, ਇੱਥੇ ਗੁਰੂ ਨਾਨਕ ਖੁਸ਼ ਹੋਏਗਾ। ਆਖੋ ਸਤਨਾਮ, ਇਹ ਬੀਬੀਓ ਤੁਸੀਂ ਆਪਣੇ 'ਤੇ ਵੀ ਲੈਣਾ, ਸਾਡੀ ਆਹ 13-13 ਜ਼ਿੰਦਗੀ ਅਸੂਲਾਂ 'ਚ ਹੋਵੇ, ਕਹਿ ਦਿਓ ਗੱਜ ਕੇ ਸਤਨਾਮ, ਜ਼ਿੰਦਗੀ ਅਸੂਲਾਂ 'ਚ। ਤੋ ਦਾਸ ਇੰਨੀ ਕੁ ਗੱਲ ਕਹਿ ਰਿਹਾ, ਵੀਰ ਜੀ ਆ ਗਏ ਨੇ ਗੁਰਮੁਖ ਪਿਆਰੇ ਭਾਈ ਮਨਪ੍ਰੀਤ ਸਿੰਘ ਜੀ, ਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਖਿਆ ਰੱਜ ਵੇਖ ਕੇ ਕਰ ਲੈ ਸੇਵਾ। ਅਤੇ ਹੁਣ ਜਿਹੜੇ ਭਾਈ ਵੀਰ ਸਿੰਘ ਲਫਜ਼ ਲਿਖੇ ਸੁਣਿਓ, ਭਾਈ ਮਰਦਾਨਾ ਜੀ ਉੱਠੇ,
ਉਹ ਲੱਕੜੀ ਬਲਦੀ ਪਈ, ਬੜਾ ਨਿੱਘ ਬਣਿਆ ਪਿਆ। ਉਹ ਭਾਈ ਮਰਦਾਨਾ ਜੀ ਕਹਿੰਦੇ ਜਦੋਂ ਮੈਂ ਲੇਟਿਆ ਉਦੋਂ ਤੇ ਠੰਡ ਬੜੀ, ਤੇ ਬਾਬਾ ਜੀ ਇਹ ਸੇਵਾ ਕੌਣ ਕਰ ਗਿਆ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੜਾ ਹੀ ਪਿਆਰਾ, ਬੜਾ ਹੀ ਪਿਆਰਾ ਮਰਦਾਨਿਆ, ਜਿਹਨੂੰ ਅੱਤ ਦੀ ਗਰੀਬੀ, ਇੱਕ ਦਿਨ ਦੀ ਰੋਟੀ ਰਾਸ਼ਨ ਘਰ, ਪਰ ਉਹਨੂੰ ਰੱਜ ਮਿਲਿਆ, ਇਹ ਉਹ ਕਰ ਗਿਆ। ਆਖੋ ਸਤਨਾਮ। ਤੇ ਉਹ ਭਾਈ ਮਰਦਾਨਾ ਜੀ ਕਹਿੰਦੇ ਜੀ ਮੈਨੂੰ ਦਰਸ਼ਨ ਕਿਉਂ ਨਹੀਂ ਕਰਾਏ, ਤੁਸੀਂ ਮੈਨੂੰ ਦਰਸ਼ਨ ਕਿਉਂ ਨਹੀਂ ਕਰਾਏ ਉਹਦੇ, ਐਡੀ ਪਿਆਰੀ ਰੂਹ। ਮਹਾਰਾਜ ਕਹਿੰਦੇ ਅਸੀਂ ਕਿਹਾ ਤੂੰ ਆਰਾਮ ਕਰ ਲੈ, ਸਵੇਰੇ ਫਿਰ ਚੱਲ ਸੋ ਚੱਲ ਹੈ, ਤੂੰ ਆਰਾਮ ਕਰ ਲੈ। ਤੇ ਭਾਈ ਮਰਦਾਨਾ ਜੀ ਕਹਿੰਦੇ ਤੁਸੀਂ ਉਹਨੂੰ ਕੁਝ ਜ਼ਰੂਰ ਦਿੱਤਾ ਹੋਣਾ, ਇਹ ਗੱਲ ਸੁਣਿਓ ਮੈਨੂੰ ਕਾਹਲੀ 'ਚ ਬੋਲਣੀ ਪੈ ਰਹੀ, ਤੁਸੀਂ ਉਹਨੂੰ ਜ਼ਰੂਰ ਕੁਝ ਦਿੱਤਾ ਹੋਣਾ, ਐਡੇ ਪਿਆਰ ਵਾਲੇ ਨੂੰ ਤੁਸੀਂ ਜ਼ਰੂਰ ਕੁਝ ਦਿੱਤਾ ਹੋਣਾ, ਮੈਨੂੰ ਪਤਾ ਤੁਸੀਂ ਉਹਨੂੰ ਜ਼ਰੂਰ ਕੁਝ ਦਿੱਤਾ ਹੋਣਾ। ਅਤੇ ਪਤਾ ਕੀ ਕਿਹਾ ਗੁਰੂ ਨਾਨਕ ਸਾਹਿਬ ਨੇ? ਭਾਈ ਵੀਰ ਸਿੰਘ ਕਹਿੰਦੇ ਹੋਲੀ ਜੀ ਸਿਰ ਲਾ ਕੇ ਕਹਿੰਦੇ ਹਾਂ ਲੈ ਤੇ ਗਿਆ। ਆਖੋ ਸਤਨਾਮ। ਹਾਂ ਲੈ ਤੇ ਗਿਆ। ਅਤੇ ਗੋਡਾ ਲਾ ਕੇ ਕਹਿੰਦੇ ਭਾਈ ਮਰਦਾਨਾ ਜੀ ਮੈਨੂੰ ਦੱਸੋ ਕੀ ਲੈ ਗਿਆ, ਮੈਨੂੰ ਦੱਸੋ ਕੀ ਲੈ ਗਿਆ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਦਾ ਰੱਜ ਵੇਖ ਕੇ ਖੁਸ਼ ਹੋ ਗਿਆ, ਮੈਂ ਉਹਦਾ ਰੱਜ ਵੇਖ ਕੇ ਖੁਸ਼ ਹੋ ਗਿਆ। ਅਤੇ ਮਰਦਾਨਿਆਂ ਪਤਾ ਕੀ ਲੈ ਗਿਆ? ਮੈਂ ਉਹਦਾ ਰੱਜ ਵੇਖ ਕੇ ਖੁਸ਼ ਹੋ ਗਿਆ, ਅਤੇ ਉਹਦੇ ਵੱਲ ਵੇਖ ਕੇ ਫਿਰ ਮੈਂ ਉਹਨੂੰ ਦਾਤ ਦੇ ਦਿੱਤੀ। ਮਹਾਰਾਜ ਕੀ ਦਿੱਤਾ ਮੈਨੂੰ ਦੱਸੋ? ਭਾਈ ਵੀਰ ਸਿੰਘ ਨੇ ਲਫ਼ਜ਼ ਲਿਖੇ, ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਉਹਦਾ ਰੱਜ ਵੇਖ ਕੇ ਉਹਨੂੰ ਮੈਂ ਕਿਹਾ ਕਹੋ ਵਾਹਿਗੁਰੂ, ਅਤੇ ਉਹਦਾ ਵਾਹਿਗੁਰੂ ਚੱਲ ਪਿਆ। ਅਤੇ ਜਿਹੜਾ ਪੁੱਛਦਾ ਨਾ ਕੁਝ ਹੋਰ ਵੀ ਦਿੱਤਾ ਹੋਣਾ, ਹਾਂ ਮਰਦਾਨਿਆਂ ਉਹਦਾ ਰੱਜ ਵੇਖ ਕੇ ਵਾਹਿਗੁਰੂ ਸ਼ਬਦ ਦੇ ਦਿੱਤਾ, ਅਤੇ ਮਰਦਾਨਾ ਜੀ ਦੂਜੀ ਦਾਤ ਲੈ ਗਿਆ। ਸਾਰੀ ਜਿੰਨੀ ਉਹਦੀ ਜ਼ਿੰਦਗੀ ਵਾਹਿਗੁਰੂ ਸ਼ਬਦ ਦੀ ਕਮਾਈ ਕਰੇਗਾ, ਅਤੇ ਅਗਲਾ ਜਨਮ ਇਹਦਾ ਮਹਾਂਪੁਰਸ਼ ਦਾ ਹੋਏਗਾ, ਇਹਦੇ ਹੱਥੋਂ ਕਈ ਟੁੱਟੀਆਂ ਰੂਹਾਂ ਜੁੜਨਗੀਆਂ ਇੱਕ ਜਕਾਰਾ ਦਿਓ ਪਿਆਰ ਨਾਲ। ਆ ਜੇ ਗੁਰੂ ਨਾਨਕ, ਸਤਿ ਸ੍ਰੀ ਅਕਾਲ। ਆਪਣਾ ਸਬਜੈਕਟ ਚੱਲਿਆ ਸੀ ਦਿਆਲਤਾ ਮਿਲਦੀ ਕਿਵੇਂ ਹੈ? ਦਿਆਲਤਾ ਮਿਲਦੀ ਹੈ ਤੇਰੀ ਕਿਰਤ 13-13 ਹੋਵੇ, ਦਿਆਲਤਾ ਮਿਲਦੀ ਤੇਰੇ ਅੰਦਰ ਰੱਜ ਹੋਵੇ। ਇਹ ਗੁਰਗਵਾਲ ਸਿੰਘ ਨਹੀਂ ਕਹਿ ਰਿਹਾ, ਤੁਸੀਂ ਰੋਜ਼ ਪੜ੍ਹਦੇ ਹੋ ਸੁਮਨੀ ਸਾਹਿਬ, ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ। ਤੋ ਰੱਜ ਦੀ ਦੂਜੀ ਨਿਸ਼ਾਨੀ, ਤੀਜੀ ਨਿਸ਼ਾਨੀ, ਫਿਰ ਜਦੋਂ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗੇ। ਇੱਕ ਆ ਸੰਗਤ ਨੂੰ ਬੇਨਤੀ ਹੈ, ਇਹ ਚਿੱਪ ਵੇਖ ਲਓ, ਇਹ ਸਿਰਫ ਇਹ ਚਿੱਪ ਹੈ ਜੀ, ਇਹਨੂੰ ਕਨੈਕਸ਼ਨ ਦੇਣਾ ਹੈ। ਇਹ 550 ਸਾਲਾਂ ਨੂੰ ਸਮਰਪਿਤ ਜੋ ਪ੍ਰੋਗਰਾਮ ਇਹ ਕਰਾ ਰਹੇ ਨੇ, ਸ਼ਬਦ ਚੌਂਕੀ ਜਥਾ ਗੁਰਦੁਆਰਾ ਸੀਸਗੰਜ ਸਾਹਿਬ, ਇਹਨੂੰ ਤੁਸੀਂ ਸਿਰਫ ਬਿਜਲੀ ਦਾ ਕਨੈਕਸ਼ਨ ਦੇਣਾ, ਅਤੇ 4 ਵਾਰੀ ਵਾਹਿਗੁਰੂ, 2 ਵਾਰੀ ਧੰਨ ਗੁਰੂ ਨਾਨਕ ਦੇਵ ਜੀ। ਤੁਸੀਂ ਚਾਹੋ ਘਰ ਅੱਧਾ ਘੰਟਾ ਚਲਾਓ, ਚਲਾਓ ਘੰਟਾ ਚਲਾਓ, ਚਾਹੋ 2 ਘੰਟੇ, ਚਾਹੋ 24 ਘੰਟੇ ਬੋਲੀ ਬਾਜ਼ ਕਰ ਲਓ, ਤੇਜ਼ ਕਰ ਲਓ, 2 ਜਾਪ ਹੋਰ ਨੇ ਵਿੱਚ, ਮਤਲਬ ਇਹ 550 ਸਾਲਾਂ ਨੂੰ ਬਣਾਈ ਹੈ ਵੀ ਤੁਹਾਡੇ ਖੇਚਲ ਵੀ ਨਾ ਹੋਵੇ, ਅਤੇ ਸਾਰਾ ਦਿਨ ਕਮਰੇ 'ਚ ਗੁਰੂ ਨਾਨਕ ਦਾ ਨਾਂ ਅਤੇ ਵਾਹਿਗੁਰੂ ਸ਼ਬਦ ਗੂੰਜਦਾ ਰਹੇ। ਵਾਹਿਗੁਰੂ ਗੁਰੂ ਨਾਨਕ, ਗੁਰੂ ਨਾਨਕ ਵਾਹਿਗੁਰੂ।